ਹੁਸ਼ਿਆਰਪੁਰ ਦੇ ਗੜਸ਼ੰਕਰ ਦੇ ਪਿੰਡ ਬਲੋੜਾ ਦੇ ਵਿੱਚ ਇੱਕ ਨੌਜਵਾਨ ਦੀ ਨਿਊਜ਼ੀਲੈਂਡ ਦੇ ਵਿੱਚ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਰਹਿ ਰਹੇ ਨੌਜਵਾਨ ਦੀ ਸੰਖੇਪ ਬਿਮਾਰੀ ਦੇ ਪਿੱਛੋਂ ਇਹ ਮੌਤ ਦੀ ਖਬਰ ਆਈ ਹੈ, ਜਿਸ ਨਾਲ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਦੇ ਵਜੋਂ ਹੋਈ ਹੈ। ਉਕਤ ਨੌਜਵਾਨ ਨੇ ਕੁਝ ਸਮੇਂ ਬਾਅਦ ਹੀ ਪਿੰਡ ਵਾਪਸ ਆਉਣਾ ਸੀ। ਇਸ ਸੰਬੰਧੀ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਹੋਰ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ 2013 ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਉਹ ਨਿਊਜ਼ੀਲੈਂਡ ਗਿਆ ਸੀ। ਬਸ ਜੀ ਪੌੜੀਆਂ ਤੋਂ ਹੀ ਕਹਿੰਦੇ ਸਲਿੱਪ ਕਰ ਗਿਆ ਜੀ, ਉਹ ਥੱਲੇ ਗਮਲੇ ਪਏ ਸੀ, ਗਮਲਿਆਂ 'ਚ ਜਾ ਕੇ ਸਿਰ ਵੱਜਿਆ ਉਹਦਾ। ਪਰ ਮੁੜ ਕੇ ਉਹ ਉੱਠਿਆ, ਉੱਠ ਕੇ ਮੁੰਡੇ ਨੂੰ ਫੋਨ ਕੀਤਾ ਨਾਲ ਦੇ ਨੂੰ ਵੀ ਆਈਂ ਦੌੜ ਕੇ ਆ, ਕਹਿੰਦਾ ਮੇਰੇ ਤਾਂ ਸੱਟ ਲੱਗ ਗਈ, ਤੇਰੇ ਗਮਲੇ ਟੁੱਟ ਗਏ। ਬਸ ਇੱਥੋਂ ਹੀ ਨਾ ਕਿ ਮੁੰਡਾ ਆਇਆ ਦੌੜ ਕੇ, ਉਹਨੇ ਆ ਕੇ ਉਹਨੂੰ ਹੋਸਪਿਟਲ ਲੈ ਗਿਆ। ਅੱਜ 17-18 ਦਿਨਾਂ ਬਾਅਦ ਉਹਦੀ ਮੌਤ ਹੋ ਗਈ। 10 ਸਾਲ ਹੋ ਗਏ। ਸਿਟੀਜਨ ਵੀ ਸੀ ਉਹਨੂੰ, ਸਿਟੀਜਨ ਤਾਂ ਹੁਣ ਮਿਲੀ ਹੈ 2 ਕੁ ਮਹੀਨੇ ਹੋ ਗਏ ਆ, ਪੀਅਰ ਮਿਲੀ ਨੂੰ 4 ਸਾਲ ਹੋ ਗਏ ਆ। ਨਾ ਜੀ ਕੋਈ ਮੇਰੀ ਤਾਂ ਕੋਈ ਮੰਗ, ਮੇਰੇ ਬੱਚਾ ਨਹੀਂ ਮੰਨਦਾ ਛੋਟਾ, ਕਹਿੰਦਾ ਮੈਂ ਆਪ ਲੈ ਪਿਆ, ਮੈਨੂੰ ਨਹੀਂ ਲੋੜ ਕਹਿੰਦਾ ਕਿਸੇ ਦੀ। ਇਹ ਜਿਹੜੀ ਨਾ ਘਟਨਾ ਹੋਈ ਆ ਸਾਡੇ ਪਿੰਡ ਵਿੱਚ, ਬਹੁਤ ਹੀ ਮੰਦਭਾਗੀ ਹੋਈ ਆ। ਇਹ ਬੱਚਾ ਜਿਹੜਾ ਸੀ ਬਹੁਤ ਹੋਣਹਾਰ ਸੀ, 10 ਸਾਲ ਤੋਂ ਇਹ ਨਿਊਜ਼ੀਲੈਂਡ ਗਿਆ ਸੀ, ਪੜ੍ਹਾਈ ਬੇਸ 'ਤੇ ਗਿਆ ਸੀਗਾ, ਅਤੇ ਉੱਥੇ ਵਿਚਾਰਾ ਮਤਲਬ ਵੀ ਸਮਝ ਲਓ ਵੀ ਆਪਣਾ PRB ਹੋ ਗਿਆ, ਸਭ ਕੁਛ ਹੋ ਗਿਆ। ਅਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਵੀ ਜਾਣੀ ਕਿ ਮੈਂ ਪਿੰਡ ਜਾ ਕੇ ਆਪਣਾ ਜਾਣੀ ਕਿ ਵਿਆਹ ਕਰਾਵਾਂ, ਜਾਂ ਹੋਰ ਮਾਂ ਪਿਓ ਦੀ ਵੀ ਇਹ ਇੱਛਾ ਸੀ ਵੀ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀਏ, ਪਰ ਪਰਮਾਤਮਾ ਨੂੰ ਕੁਛ ਹੋਰ ਹੀ ਮਨਜ਼ੂਰ ਸੀਗਾ। ਅਤੇ ਹੁਣ ਅਸੀਂ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਸ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਆ। ਹੁਸ਼ਿਆਰਪੁਰ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ, ਪੰਜਾਬ ਟੁਡੇ।